ਭਾਰਤ ਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਅਟਲ ਬਿਹਾਰੀ ਵਾਜਪਾਈ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਨੇ ਦੇਸ਼ ਦੇ, ਉਹਨਾਂ ਦਾ ਜਿਹੜਾ ਹੈ ਦੇਹਾਂਤ ਹੋਇਆ ਹੈਗਾ, ਉਹ ਚੱਲ ਗਏ ਹੈਗੇ ਆ, ਜਿੱਦਾਂ ਚਲੇ ਗਏ ਹੈਗੇ ਆ ਇਸ ਦੁਨੀਆ ਤੋਂ, ਅਤੇ ਉਸ ਨੂੰ ਲੈ ਕੇ ਕਾਫੀ ਸਾਰੇ ਜਿਹੜੇ ਪ੍ਰਤੀਕਰਮ ਨੇ ਵੱਖ ਵੱਖ ਆ ਰਹੇ ਨੇ, ਜਿੱਥੋਂ ਕਿ ਜੇ ਆਪਾਂ ਕਹੀਏ ਕਿ ਭਾਰਤ ਦੇ ਵਿੱਚ ਬੀਜੇਪੀ ਵੱਲੋਂ ਇੱਕ ਵੱਡੇ ਪੱਧਰ 'ਤੇ ਜਿਹੜੀ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ, ਸਿੱਖ ਹਲਕਿਆਂ ਵੱਲੋਂ ਵੀ ਜਿਹੜੇ ਵੱਖ ਵੱਖ ਜਿਹੜੇ ਪ੍ਰਤੀਕਰਮ ਨੇ ਆ ਰਹੇ ਨੇ, ਅਵਤਾਰ ਸਿੰਘ ਜੀ ਕਿਸ ਤਰੀਕੇ ਦੇ ਨਾਲ ਲੈਂਦੇ ਹੋ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦਾ ਸਿੱਖ ਹਲਕਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਸੀਗਾ, ਜਾਂ ਸਿੱਖਾਂ ਨੂੰ ਲੈ ਕੇ ਉਹ ਕਿੰਨੇ ਸੀਗੇ, ਕਿਉਂਕਿ ਬੀਜੇਪੀ ਦੇ ਕੇਡਰ ਦੇ ਵਿੱਚ ਤਾਂ ਉਹਨਾਂ ਨੂੰ ਇੱਕ ਸੌਫਟ ਸਪੋਕਨ ਜਾਂ ਇੱਕ ਸੌਫਟ ਨੇਤਾ ਕਿਹਾ ਜਾਂਦਾ, ਜਾਂ ਚੰਗਾ ਕਾਫੀ ਉਹਨਾਂ ਦਾ ਚੰਗਾ ਜਿਹੜਾ ਕਿਰਦਾਰ ਹੈਗਾ, ਪਰ ਸਿੱਖਾਂ ਨੂੰ ਲੈ ਕੇ ਕਿਸ ਤਰੀਕੇ ਦਾ ਤੁਸੀਂ ਸਮਝਦੇ ਸੀ ਉਹਨਾਂ ਨੂੰ? ਹਾਂਜੀ, ਇੱਕ ਤਾਂ ਚਲੋ ਇੱਕ ਸੀਨੀਅਰ ਲੀਡਰ ਸੀਗੇ, ਉਹ ਤਰ੍ਹਾਂ ਦੀ ਉਮਰ ਭੁੱਲ ਕੇ ਭਾਰਤੀ ਰਾਜਨੀਤੀ ਚ ਜਿਸ ਤਰ੍ਹਾਂ ਵਿਦਾ ਹੋਏ ਆ, ਤੇ ਇੱਕ ਬਜ਼ੁਰਗ ਲੀਡਰ ਹੋਣ ਦੇ ਨਾਤੇ ਆਪਾਂ ਇੱਕ ਤਰ੍ਹਾਂ ਨਾਲ ਸ਼ਰਧਾਂਜਲੀ ਵੀ ਭੇਟ ਕਰਦੇ ਹਾਂ। ਚਲੋ ਉਹਨਾਂ ਦੀ ਰਾਜਨੀਤਿਕ ਜਿਹੜੀ ਇੱਛਾ ਸ਼ਕਤੀ ਆ ਕੋਈ ਵੀ ਹੋਵੇ, ਜਾਂ ਉਹਨਾਂ ਨੇ ਸਿੱਖਾਂ ਬਾਰੇ ਕਿਸੇ ਕਿਸਮ ਦੇ ਵੀ ਫੈਸਲੇ ਲਾਏ ਹੋਣ ਜਾਂ ਸਮਝੌਤੇ ਕੀਤੇ ਹੋਣ, ਪਰ ਇੱਕ ਗੈਰਤਮੰਦ ਔਰ ਚੰਗੇ ਸਿੱਖ ਹੋਣ ਦੇ ਨਾਤੇ, ਜਾਂ ਜੋ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਵੀ ਅਸੀਂ ਜੇ ਆਪਣਾ ਕੋਈ ਵਿਰੋਧੀ ਵੀ ਆ ਉਹਦੇ ਬਾਰੇ ਵੀ ਗਲਤ ਭਾਵਨਾ ਜਾਂ ਮੰਦੀ ਭਾਵਨਾ ਰੱਖਣੀ, ਅਤੇ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਪਰ ਜਿਹੜੀ ਤੁਸੀਂ ਗੱਲ ਕਹੀ ਆ, ਇੱਕ ਤਾਂ ਹੈਗਾ ਵੀ ਉਹਨਾਂ ਨੂੰ ਸੌਫਟ ਸਪੋਕਨ ਕਿਹਾ ਜਾਂਦਾ ਸੀਗਾ, ਵੀ ਉਹ ਸੌਫਟ ਸਪੋਕਨ ਬੀਜੇਪੀ ਵਿੱਚ ਇੱਕ ਸੌਫਟ ਸਪੋਕਨ ਆ ਇੱਕ ਚੰਗੇ ਨੇਤਾ ਦੇ ਤੌਰ ਤੇ ਆ, ਤੇ ਉਹਦਾ ਜਿਹੜਾ ਰਿਐਕਸ਼ਨ ਆ, ਕੱਲ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਿਸੇ ਨੇ ਪਾਇਆ ਵੀ ਭਾਰਤੀ ਜਨਤਾ ਪਾਰਟੀ ਦਾ ਕਮਲ ਆ ਜਿਹੜਾ ਉਹ ਚਲੇ ਗਿਆ, ਹੁਣ ਚਿੱਕੜ ਚਿੱਕੜ ਰਹਿ ਗਿਆ। ਅੱਛਾ ਜੀ, ਇਹ ਕੁਛ ਪਾਇਆ ਕਿਸੇ ਨੇ, ਭਾਰਤੀ ਜਨਤਾ ਪਾਰਟੀ ਚੋਂ ਜਿਹੜਾ ਕਮਲ ਸੀਗਾ ਉਹ ਚਲਿਆ ਗਿਆ, ਹੁਣ ਤਾਂ ਪਿੱਛੇ ਚਿੱਕੜ ਹੀ ਰਹਿ ਗਿਆ। ਜਿਹੜੀ ਉਹ ਕੋਈ ਕਿਸੇ ਉਹਦੇ ਬੰਦੇ ਦੀ ਟਿੱਪਣੀ ਆ, ਪਰ ਜਦੋਂ ਆਪਾਂ ਸਿੱਖਾਂ ਦੇ ਸੰਦਰਭ ਚੋਂ ਗੱਲ ਕਰਦੇ ਹਾਂ ਤਾਂ ਆਪਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਸੌਫਟ ਸਪੋਕਨ ਹੋਣਾ ਵੱਖਰੀ ਗੱਲ ਆ, ਪਰ ਆਪਣੇ ਜਿਹੜੀ ਆਪਣੀ ਨਫ਼ਰਤ ਨੂੰ ਬਾਹਰ ਨਾ ਕੱਢਣਾ ਉਹ ਬਿਲਕੁਲ ਵੱਖਰੀ ਗੱਲ ਆ। ਉਸ ਤਰ੍ਹਾਂ ਉਹਨਾਂ ਨੇ ਜਿਸ ਤਰ੍ਹਾਂ ਦਾ ਮਾਹੌਲ 1984 ਸਿਰਜਿਆ ਆ, ਉਹ ਤੋਂ ਪਹਿਲਾਂ ਸਿੱਖਾਂ ਬਾਰੇ ਜੋ ਹੋਇਆ ਲਗਾਤਾਰ ਸਿੱਖਾਂ ਤੇ ਹਮਲੇ ਕਰਨ ਬਾਰੇ, ਯਾਨੀ ਲਾਲ ਕ੍ਰਿਸ਼ਨ ਅਡਵਾਨੀ ਦਾ ਲਿਖ ਕੇ ਦਾਅਵਾ ਕਰ ਲਿਆ ਬਿਲਕੁਲ ਆਪਣੀ ਬੁੱਕ ਦੇ ਵਿੱਚ ਉਹਨੇ ਲਿਖਿਆ ਵੀ ਫੌਜ ਭੇਜਣ ਦਾ ਅਸੀਂ ਦਬਾਅ ਪਾਇਆ, ਤੇ ਪਰ ਅਟਲ ਬਿਹਾਰੀ ਵਾਜਪੇਈ ਨੇ ਉਹ ਦਾਅਵਾ ਵੀ ਨਹੀਂ ਕੀਤਾ, ਸਾਰਾ ਕੰਮ ਕਰਨ ਦੇ ਬਾਵਜੂਦ ਵੀ ਦਾਅਵਾ ਵੀ ਨਹੀਂ ਕੀਤਾ। ਔਰ ਉਹ ਤਸਵੀਰਾਂ ਦੇ ਵਿੱਚ ਆਪਾਂ ਕਹੀ ਕਿ ਜਿਹੜੀਆਂ 84 ਦੀਆਂ ਤਸਵੀਰਾਂ ਦੇ ਪ੍ਰੋਟੈਸਟ ਦੇ ਵਿੱਚ ਉਹ ਆਮ ਸਾਹਮਣੇ ਦੇਖੇ ਜਾ ਸਕਦੇ ਸਾਰਿਆਂ ਦੇ ਸਾਹਮਣੇ ਆਉਂਦੇ ਆ। ਸੋ ਇਸ ਤਰ੍ਹਾਂ ਆਪਾਂ ਕਹੀਏ ਵੀ ਉਹ ਕੋਈ ਡਿਫਰੈਂਟ ਲੀਡਰ ਸੀਗੇ, ਡਿਫਰੈਂਟ ਵਾਲੀ ਕੋਈ ਗੱਲ ਨਹੀਂ ਸੀਗੀ, ਸਿੱਖਾਂ ਦੇ ਮਾਮਲੇ ਵਿੱਚ ਕੋਈ ਡਿਫਰੈਂਸ ਨਹੀਂ, ਚਾਹੇ ਉਹ ਇੰਦਰਾ ਗਾਂਧੀ ਸੀ ਜੀ, ਚਾਹੇ ਉਹ ਲਾਲ ਕ੍ਰਿਸ਼ਨ ਅਡਵਾਨੀ ਆ, ਚਾਹੇ ਅਟਲ ਬਿਹਾਰੀ ਵਾਜਪੇਈ ਆ, ਚਾਹੇ ਨਰਿੰਦਰ ਮੋਦੀ ਆ, ਕੋਈ ਵੀ ਆ ਰਿਹਾ, ਯਾਨੀ ਇੱਕ ਕੰਟੀਨਿਊਟੀ ਆ ਸਿੱਖਾਂ ਦੇ ਖਿਲਾਫ ਜਿਸ ਕਿਸਮ ਦੀਆਂ ਕਾਰਵਾਈਆਂ ਸਟੇਟ ਨੇ ਮਿਥੀਆਂ ਸੀਗੀਆਂ ਉਹਦੇ ਵਿੱਚ ਇੰਦਰਾ ਗਾਂਧੀ ਨੇ ਵੀ ਉਹੀ ਰੋਲ ਨਿਭਾਇਆ, ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਉਹੀ ਰੋਲ ਨਿਭਾਇਆ, ਅਟਲ ਬਿਹਾਰੀ ਵਾਜਪੇਈ ਨੇ ਵੀ ਉਹੀ ਰੋਲ ਨਿਭਾਇਆ, ਅਤੇ ਹੁਣ ਦੀ ਭਾਰਤੀ ਜਨਤਾ ਪਾਰਟੀ ਆ ਉਹ ਵੀ ਉਹ ਨਿਭਾ ਰਹੀ ਹੈ। ਪਰ ਇਸਦੇ ਬਾਵਜੂਦ ਵੀ ਮਤਲਬ ਕਿ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਵੀ ਆਪਣੇ ਦੁਸ਼ਮਣ ਦੇ ਖਿਲਾਫ ਵੀ ਆਪਣੇ ਵਿਰੋਧੀ ਦੇ ਬਾਰੇ ਵੀ ਗਲਤ ਸ਼ਬਦ ਨਹੀਂ ਵਰਤਣਾ, ਸੋ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਪਰ ਇਹ ਗੱਲਾਂ ਅਸੀਂ ਖਾਸ ਕਰਕੇ ਸਾਨੂੰ ਚਿਤਾਰਨੀਆਂ ਪੈਂਦੀਆਂ ਵੀ ਲਗਾਤਾਰ ਉਹਨਾਂ ਨੇ ਸਿੱਖਾਂ ਦੇ ਖਿਲਾਫ ਜੋ ਜੰਗ ਲੜੀ ਗਈ ਉਹਦੇ ਵਿੱਚ ਉਸ ਲੈਵਲ 'ਤੇ ਸਿੱਖਾਂ ਦੇ ਦੋਸਤ ਬਣ ਕੇ ਕੋਈ ਭੂਮਿਕਾ ਨਹੀਂ ਨਿਭਾਈ, ਸਿੱਖਾਂ ਦੇ ਵਿਰੋਧੀਆਂ ਵਾਲੀ ਕਤਾਰ 'ਚ ਉਹ ਖੜੇ ਨਜ਼ਰ। ਜੀ ਬਿਲਕੁਲ ਜੀ, ਔਰ ਈਵਨ ਇਹ ਵੀ ਗੱਲਾਂ ਬਾਤਾਂ ਸਾਹਮਣੇ ਜਿਹੜੀਆਂ ਆਈਆਂ ਹੈਗੀਆਂ ਕਿ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਜਾਂਦਾ ਇੰਦਰਾ ਗਾਂਧੀ ਵੱਲੋਂ, ਅਤੇ ਉਹਨੂੰ ਕਹਿ ਲਓ ਕਿ ਦੁਰਗਾ ਕਹਿ ਕੇ ਵੀ ਸੰਬੋਧਨ ਜਿਹੜਾ ਵਾਜਪਾਈ ਵੱਲੋਂ ਕੀਤਾ ਗਿਆ ਸੀ, ਪਰ ਫਿਰ ਵੀ ਕਿਸੇ ਇਨਸਾਨ ਦੇ ਚਲੇ ਜਾਣ ਪਿੱਛੋਂ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ। ਤੁਸੀਂ 2002 'ਚ ਦੇਖ ਲਓ ਜਦੋਂ ਗੁਜਰਾਤ ਵਿੱਚ ਕਤਲੇਆਮ ਹੋਇਆ ਜੀ, ਅਤੇ ਉਹ ਪ੍ਰਧਾਨ ਮੰਤਰੀ ਸੀਗੇ ਆਪ, ਹੈ ਨਾ, ਅਤੇ ਉਹਨਾਂ ਨੇ ਕੋਈ ਸਖ਼ਤ ਐਕਸ਼ਨ ਲੈਣ ਦੀ ਬਜਾਏ ਜੀ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਜਿਹੜੇ ਹੁਣ ਪ੍ਰਧਾਨ ਮੰਤਰੀ ਬਣੇ ਹੋਏ ਉਹਨਾਂ ਨੂੰ ਜਸਟ ਇਹੀ ਕਿਹਾ ਸੀ ਵੀ ਤੁਸੀਂ ਆਪਣਾ ਰਾਜ ਧਰਮ ਨਿਭਾਓ, ਯਾਨੀ ਜੇ ਇਹੋ ਹੀ ਗੱਲ ਇੰਨਾ 3000 ਬੰਦੇ ਦਾ ਕਤਲੇਆਮ ਸਿੱਖਾਂ ਵੱਲੋਂ ਹੋਇਆ ਹੁੰਦਾ ਤਾਂ ਸਿੱਖਾਂ ਦੇ ਖਿਲਾਫ਼ ਕਿਸ ਤਰ੍ਹਾਂ ਦੀਆਂ ਫੌਜਾਂ ਤੇ ਕਿੰਨਾ ਕੁਛ ਚੜਾਇਆ ਜਾਂਦਾ। ਪਰ ਮਤਲਬ ਕਿ ਇੱਕ ਹੋਰ ਧਿਰ ਦਾ 3000 ਬੰਦਾ ਕਤਲ ਹੋਇਆ ਤੇ ਤੁਸੀਂ ਜਸਟ ਇੱਕ ਟਿੱਪਣੀ ਕਰ ਰਹੇ ਹੋ ਵੀ ਰਾਜ ਧਰਮ ਨਿਭਾਉਣਾ ਚਾਹੀਦਾ, ਮਤਲਬ ਕਿ 3000 ਬੰਦੇ ਦੇ ਕਤਲ ਦੀ ਕੋਈ ਕਿਸੇ ਕੋਈ ਇਨਸਾਫ਼ ਨਹੀਂ, ਕੋਈ ਕਿਸੇ ਦੇ ਕੇਸ ਨਹੀਂ, ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਜਿਹੜਾ ਮੁਖੀ ਆ ਉਹਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਸਿਰਫ ਟਿੱਪਣੀ ਕੀਤੀ ਜਾਂਦੀ, ਮਤਲਬ ਕਿ ਤੁਸੀਂ ਦੇਖੋ ਵੀ ਕਿੰਨਾ ਫਿਰ ਕੋਈ ਡਿਫਰੈਂਸ ਥੋੜਾ ਹੈਗਾ। ਜੇ ਕਹੀਏ ਵੀ ਹਾਂ ਵੀ ਉਹ ਮਤਲਬ ਜੇ ਆਪਾਂ ਕਹੀਏ ਕਿ ਬਦਲਾਅ ਵਾਲੀ ਗੱਲ ਕੋਈ ਨਹੀਂ ਹੈਗੀ, ਫਿਰ ਜੇ ਆਪਾਂ ਕਹੀਏ ਕਿ ਸੱਚੇ ਸੁੱਚੇ ਧਰਮ ਦੀ ਪਾਰਟੀ ਹੈਗੀ ਤੇ ਉਹ ਵਾਲੀਆਂ ਗੱਲਾਂ ਨਹੀਂ ਹੈਗੀਆਂ, ਉਹ ਗੱਲ ਨਹੀਂ ਹੈਗੀ, ਮਤਲਬ ਕਿ 3000 ਬੰਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਤਲ ਹੋ ਗਿਆ, ਤੁਸੀਂ ਕਹਿ ਰਹੇ ਹੋ ਰਾਜ ਧਰਮ ਨਿਭਾਓ, ਫਿਰ ਸਾਰਿਆਂ ਨੂੰ ਏਦਾਂ ਕਹੀ ਜਾਓ ਜੀ, ਫਿਰ ਸਾਰੀਆਂ ਧਿਰਾਂ ਬਾਰੇ ਇਹ ਜਿਸ ਤਰ੍ਹਾਂ ਹੋਵੇ ਉਹਨਾਂ ਦੇ ਪਿੱਛੇ ਤੁਸੀਂ ਕਿੱਦਾਂ ਫੌਜਾਂ ਲੈ ਕੇ ਪੈ ਜਾਂਦੇ ਹੋ, ਸਾਰਾ ਡੰਗਰ ਬੱਛਾ ਵੀ ਖੋਲ੍ਹ ਕੇ ਲੈ ਜਾਂਦੇ ਹੋ, ਤੇ ਕਿੰਨਾ ਔਰਤਾਂ ਦੀ ਬੇਪਤੀ, ਕਿੰਨਾ ਤਸ਼ੱਦਦ, ਸਾਰਾ ਕੁਛ ਜਿਸ ਤਰ੍ਹਾਂ ਹੁੰਦਾ, ਯਾਨੀ ਇਹ ਕਹੀਏ ਡਿਫਰੈਂਸ ਵਾਲੀ ਲੀਡਰਸ਼ਿਪ ਵਾਲਾ ਕੋਈ ਚੱਕਰ ਨਹੀਂ ਸੀਗਾ। ਹਾਂ ਇੱਕ ਬਜ਼ੁਰਗ ਸੀਗੇ ਕਵਿਤਾ ਪੜ੍ਹਦੇ
ਇੱਕ ਤਰ੍ਹਾਂ ਨਾਲ ਸਾਹਿਤਕ ਰੁਚੀਆਂ ਵਾਲੇ ਵੀ ਸੀ, ਇਸ ਲਈ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਸਿੱਖਾਂ ਨਾਲ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਧਰਮ ਨਹੀਂ ਨਿਭਾਇਆ ਵੀ ਜਿੱਥੇ ਸਿੱਖ ਮਾਣ ਕਰ ਸਕਣ ਵੀ ਉਹ ਇੱਕ ਚੰਗਾ ਲੀਡਰ ਸੀ। ਹੁਣ ਚੰਦਰ ਸ਼ੇਖਰ ਹੈ, ਚੰਦਰ ਸ਼ੇਖਰ ਨੇ ਹਾਲਾਂਕਿ ਕੁਛ ਵੀ ਨਹੀਂ ਕੀਤਾ ਜ਼ਿਆਦਾ ਆਪਾਂ ਕਹੀਏ, ਪਰ ਹੀ ਵਾਜ਼ ਸੋਫਟ ਸਪੋਕਨ, ਮਤਲਬ ਕਿ ਉਹਦਾ ਸੋਫਟ ਕਾਰਨਰ ਸੀਗਾ ਸਿੱਖਾਂ ਪ੍ਰਤੀ, ਤੇ ਇੱਕ ਵੀਪੀ ਸਿੰਘ ਦਾ, ਹਨਾ। ਹਾਲਾਂਕਿ ਉਹਨਾਂ ਨੇ ਵੀ ਕੋਈ ਬਹੁਤ ਕੁਛ ਨਹੀਂ ਕੀਤਾ ਸਿੱਖਾਂ ਨੇ, ਪਰ ਫਿਰ ਵੀ ਸਿੱਖਾਂ ਦੇ ਮਨਾਂ ਵਿੱਚ ਉਹਨਾਂ ਲਈ ਇੱਕ ਸਤਿਕਾਰ ਹੈ, ਇਹੋ ਹੀ ਸਤਿਕਾਰ ਵਾਜਪੇਈ ਲਈ ਨਹੀਂ ਹੈਗਾ। ਹਾਲਾਂਕਿ ਉਹ ਵੀ ਦੋਨੋਂ ਹਿੰਦੂ ਲੀਡਰ ਸੀਗੇ, ਚੰਦਰ ਸ਼ੇਖਰ ਤੇ ਵੀਪੀ ਸਿੰਘ ਵੀ, ਕੋਈ ਖਾਸ ਨਹੀਂ ਕਰਕੇ ਗਏ, ਪਰ ਘੱਟੋ ਘੱਟ ਦੁਸ਼ਮਣੀ ਨਹੀਂ ਨਿਭਾਈ ਉਹਨਾਂ ਨੇ, ਵੀ ਉਹ ਯਤਨ ਕਰਦੇ ਰਹੇ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਜਿਹੜੇ ਹਿਰਦਿਆਂ ਨੂੰ ਜ਼ਖਮ ਲੱਗੇ ਹੋਏ ਆ ਵੀ ਉਹ ਕਿਤੇ ਨਾ ਕਿਤੇ ਹੱਲ ਹੋ ਜਾਣ।